ਮੈਂ ਸਰਬਜੀਤ ਸਿੰਘ ਆਪ ਸਭ ਨੂੰ ਜੀ ਆਇਆਂ ਨੂੰ ਆਖਦਾ ਹਾਂ। ਇਸ ਐਪੀਸੋਡ ਵਿੱਚ ਅਸੀਂ ਸਰਦੀਆਂ ਦੇ ਮੌਸਮ ਬਾਰੇ ਗੱਲ ਕਰਾਂਗੇ ਅਤੇ ਇਸ ਮੌਸਮ ਦੇ ਕੁਝ ਖਾਸ ਤੱਥਾਂ ਬਾਰੇ ਵੀ ਗੱਲ ਕਰਾਂਗੇ। ਧੰਨਵਾਦ। ਸਰਦੀਆਂ ਕਦੋਂ ਸ਼ੁਰੂ ਹੁੰਦੀਆਂ ਹਨ? ਇੱਥੇ ਸਰਦੀਆਂ ਦਸੰਬਰ ਦੇ ਮਹੀਨੇ ਤੱਕ ਸ਼ੁਰੂ ਹੋ ਜਾਂਦੀਆਂ ਹਨ। ਹਾਂ, ਨਵੰਬਰ ਵਿੱਚ ਬਹੁਤ ਹੀ ਸੁਹਾਵਣਾ ਮੌਸਮ ਹੁੰਦਾ ਹੈ ਅਤੇ ਦਸੰਬਰ ਵਿੱਚ ਹੌਲੀ ਹੌਲੀ ਠੰਡ ਪੈਣੀ ਸ਼ੁਰੂ ਹੋ ਜਾਂਦੀ ਹੈ। ਹਾਂ, ਗਰਮੀ ਦੇ ਅੰਤ ਤੱਕ ਠੰਡ ਹੁੰਦੀ ਹੈ ਅਤੇ ਕਈ ਵਾਰ ਧੁੰਦ ਵੀ ਪੈਂਦੀ ਹੈ। ਸਰਦੀਆਂ ਵਿੱਚ ਬਹੁਤ ਠੰਡ ਹੁੰਦੀ ਹੈ, ਲੇਕਿਨ ਮੈਂ ਸੁਣਿਆ ਹੈ ਕਿ ਕਈ ਸਥਾਨਾਂ ਤੇ ਬਰਫ ਵੀ ਦੇਖਣ ਨੂੰ ਮਿਲਦੀ ਹੈ। ਹਾਂ, ਸ਼ਿਮਲੇ ਵਿੱਚ ਜਿੱਥੇ ਮੇਰੇ ਚਾਚਾ ਜੀ ਰਹਿੰਦੇ ਹਨ ਉੱਥੇ ਵੀ ਬਹੁਤ ਬਰਫ ਪੈਂਦੀ ਹੈ। ਫਿਰ ਤਾਂ ਉਹਨਾਂ ਨੂੰ ਗਰਮ ਕੱਪੜਿਆਂ ਦੀ ਜ਼ਰੂਰਤ ਹੁੰਦੀ ਹੋਵੇਗੀ। ਹਾਂ, ਮੈਂ ਹਿਮਾਲਿਆ ਪਰਬਤ ਤੇ ਬਰਫ ਦੇਖੀ ਹੈ। ਹਾਂ, ਤੁਹਾਨੂੰ ਬਰਫ ਤੇ ਬੂਟ ਪਾ ਕੇ ਧਿਆਨ ਨਾਲ ਤੁਰਨਾ ਚਾਹੀਦਾ ਹੈ। ਲੇਕਿਨ ਇੰਨੀ ਠੰਡ ਨਹੀਂ ਹੁੰਦੀ ਜਿੰਨੀ ਸ਼ਿਮਲੇ ਅਤੇ ਸ਼੍ਰੀਨਗਰ ਵਿੱਚ ਹੁੰਦੀ ਹੈ। ਸਰਦੀਆਂ ਵਿੱਚ ਹੇਮਕੁੰਟ ਸਾਹਿਬ ਵਿੱਚ 8 ਤੋਂ 10 ਫੁੱਟ ਤੱਕ ਬਰਫ ਹੁੰਦੀ ਹੈ। ਹਾਂ, ਸਰਦੀਆਂ ਵਿੱਚ ਕੋਈ ਵੀ ਹੇਮਕੁੰਡ ਸਾਹਿਬ ਨਹੀਂ ਜਾ ਸਕਦਾ। ਜਨਵਰੀ ਵਿੱਚ ਵੀ ਠੰਡ ਹੁੰਦੀ ਹੈ ਅਤੇ ਰਾਤ ਨੂੰ ਰਜਾਈ ਵਿੱਚ ਸੌਣ ਦਾ ਮਜ਼ਾ ਆਉਂਦਾ ਹੈ। ਸਰਦੀਆਂ ਵਿੱਚ ਰਾਤ ਨੂੰ ਗਰਮ ਦੁੱਧ ਪੀਣ ਦਾ ਬਹੁਤ ਮਜ਼ਾ ਆਉਂਦਾ ਹੈ। ਬਹੁਤ ਸਾਰੇ ਪੰਛੀ ਸਰਦੀਆਂ ਵਿੱਚ ਗਰਮ ਸਥਾਨਾਂ ਤੇ ਚਲੇ ਜਾਂਦੇ ਹਨ ਤੇ ਬਸੰਤ ਰੁੱਤ ਵਿੱਚ ਵਾਪਸ ਆਉਂਦੇ ਹਨ। ਸਰਦੀਆਂ ਵਿੱਚ ਫੁੱਲ ਬਹੁਤ ਘੱਟ ਹੁੰਦੇ ਹਨ, ਕਈ ਰੁੱਖਾਂ ਦੇ ਤੇ ਪੱਤੇ ਵੀ ਝੜਨ ਲੱਗ ਜਾਂਦੇ ਹਨ। ਜਨਵਰੀ ਅਤੇ ਫਰਵਰੀ ਦੇ ਮਹੀਨੇ ਹੀ ਅਸੀਂ ਬਸੰਤ ਰੁੱਤ ਦੀ ਉਡੀਕ ਕਰਨ ਲੱਗ ਜਾਂਦੇ ਹਾਂ। ਫਰਵਰੀ ਦੇ ਅੰਤ ਵਿੱਚ ਬਸੰਤ ਰੁੱਤ ਆ ਜਾਂਦੀ ਹੈ। ਸੂਰਜ ਚੜ੍ਹਨ ਦੇ ਸਮੇਂ ਪੰਛੀ ਚਹਿਚਹਾਉਂਦੇ ਹਨ ਅਤੇ ਬਸੰਤ ਰੁੱਤ ਤੋਂ ਬਾਅਦ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ। ਬਸੰਤ ਰੁੱਤ ਵਿੱਚ ਸੂਰਜ ਚੜ੍ਹਨ ਅਤੇ ਛਿਪਣ ਦਾ ਦ੍ਰਿਸ਼ ਬਹੁਤ ਹੀ ਸੁੰਦਰ ਹੁੰਦਾ ਹੈ। ਬਸੰਤ ਦੇ ਰੁੱਤ ਦੇ ਆਉਣ ਤੇ ਬੱਚੇ ਬਾਹਰ ਜਾ ਕੇ ਖੇਡ ਕੇ ਬਹੁਤ ਖੁਸ਼ ਹੁੰਦੇ ਹਨ ਤੇ ਉਹਨਾਂ ਨੂੰ ਗਰਮ ਭਾਰੇ ਕੱਪੜੇ ਵੀ ਨਹੀਂ ਪਾਣੇ ਪੈਂਦੇ। ਸਾਰੇ ਫੁੱਲ ਖਿੜਨ ਲੱਗ ਜਾਂਦੇ ਹਨ ਅਤੇ ਬਾਜ਼ਾਰ ਵਿੱਚ ਤਾਜ਼ੇ ਫਲ ਅਤੇ ਸਬਜ਼ੀਆਂ ਦੇਖਣ ਨੂੰ ਮਿਲਦੇ ਹਨ। ਮੈਂ ਚਾਹੁੰਦਾ ਹਾਂ ਕਿ ਹਮੇਸ਼ਾ ਬਸੰਤ ਰੁੱਤ ਰਹੇ, ਲੇਕਿਨ ਬਸੰਤ ਰੁੱਤ ਤੋਂ ਬਾਅਦ ਗਰਮੀ ਦੀ ਰੁੱਤ ਆਉਂਦੀ ਹੀ ਹੈ। ਓ ਸਮਾਂ ਵੇਖੋ, ਹੁਣ ਸਾਨੂੰ ਕਿਤਾਬਾਂ ਲੈਣ ਲਈ ਜਾਣਾ ਚਾਹੀਦਾ ਹੈ, ਨਹੀਂ ਤਾਂ ਦੁਕਾਨ ਬੰਦ ਹੋ ਜਾਵੇਗੀ। ਓ ਹਾਂ, ਆਓ ਚਲੀਏ। ਮੈਂ ਆਸ ਕਰਦਾ ਹਾਂ ਕਿ ਆਪ ਸਭ ਨੂੰ ਮੌਸਮ ਬਾਰੇ ਇਹ ਐਪੀਸੋਡ ਪਸੰਦ ਆਇਆ ਹੋਵੇਗਾ। ਆਪ ਸਭ ਦਾ ਬਹੁਤ ਬਹੁਤ ਧੰਨਵਾਦ।